ਮੈਨੂੰ ਕਹਿੰਦੇ ਤੂੰ ਸਮਾਨ ਵੇਚਦਾ ਜੇ ਵੇਚਦਾ ਉਹ ਮੈਂ ਕਿਹਾ ਵੀ ਸਰ ਮੇਰੇ ਕੋਲ ਹੈਗਾ ਕੁਛ ਤਾਂ ਤੁਸੀਂ ਮੇਰੇ ਪਰਚਾ ਦੇ ਦਿਉ ਚਾਹੇ ਗੋਲੀ ਮਾਰ ਦਿਉ ਅਤੇ ਮੇਰੇ ਜੇਬ 'ਚੋਂ ਕੁਛ ਨਹੀਂ ਸੀਗਾ ਤਾਂ ਵੀ ਮੈਨੂੰ ਧੱਕੇ ਨਾਲ ਲੈ ਆਇਆ ਗਿਆ ਉੱਥੇ ਲੈ ਆ ਕੇ ਮੇਰੀ ਕੁੱਟ ਮਾਰ ਕੀਤੀ ਗਈ ਫਿਰ ਮੈਨੂੰ ਉੱਦਾਂ ਹੀ ਛੱਡ ਦਿੱਤਾ ਜਾਂਦਾ ਵਾ ਸਾਰਾ ਆਪਣਾ ਕੋਈ ਵੀਡੀਓ ਆ ਕਿਸੇ ਕੋਲ ਟੋਕਾ ਸੀਗਾ ਜੀ ਕਿਸੇ ਕੋਲ ਕਿਰਪਾਨ ਸੀ ਸਾਰਿਆਂ ਕੋਲ ਹਥਿਆਰ ਹਥਿਆਰ ਸੀਗੇ ਜੀ ਕਿਸੇ ਕੋਈ ਵੀ ਖਾਲੀ ਨਹੀਂ ਹੈਗਾ ਸੀਗਾ ਪਹਿਲਾਂ ਮੇਰੇ 'ਚ ਗੱਡੀ ਮਾਰੀ ਗਈ ਟੋਸ ਜੀ ਮੈਨੂੰ ਸਿੱਟਿਆ ਗਿਆ ਮੁੜ ਕੇ ਮੇਰੇ ਇੱਟ ਮਾਰੀ ਗਈ ਵਿੱਚ ਇਹਨਾਂ ਦੀਆਂ ਜਨਾਨੀਆਂ ਵਿੱਚ ਇਹ ਹੁਣ ਸਾਡੇ 'ਤੇ 307 ਲਾ ਦਿੱਤੀ ਗਈ ਹੈ ਸਾਡੇ ਬੰਦੇ ਚੱਕ ਲਏ ਗਏ ਆ ਜੀ ਕਿਸੇ ਜਿੰਨੀਆਂ ਸੱਟਾਂ ਸਾਡੇ ਲੱਗੀਆਂ ਕਿਸੇ 'ਤੇ ਨਹੀਂ ਲੱਗੀਆਂ ਹੈਗੀਆਂ ਠੀਕ ਹੈ ਪਹਿਲਾਂ ਤੁਸੀਂ ਇਹ ਦੱਸੋ ਦੋ ਬੰਦੇ 40 ਬੰਦਿਆਂ ਦੀ ਸੱਟਾਂ ਮਾਰ ਦੇਣਗੇ ਉਸੇ ਥਾਣੇ 'ਚ ਸਾਨੂੰ ਗਜਾਨੇ ਆ ਜੀ ਸ਼ਿਮਲਾਪੁਰੀ ਦਾ ਪਰਚਾ ਸਾਡੇ 'ਤੇ ਇੱਕ ਤਰੀਕ ਮਿਸ ਹੋ ਜਾਂਦੀ ਆ ਕਿਸੇ ਦੇ ਮਗਰ ਚਲੇ ਜਾਂਦੇ ਹਾਂ ਸਾਡੇ 'ਤੇ ਪਰਚਾ ਪੈ ਜਾਂਦਾ ਵਾ ਆਹ ਦਰਖਾਹ ਪਰਚਾ ਦੇਖ ਲਓ ਜੀ ਕਿੰਨੀ ਦੇਰ ਦਾ ਦਰਜ ਆ ਸ਼ਰੇਆਮ ਘੁੰਮਦੇ ਆ ਕੋਈ ਉਹਨਾਂ ਨੂੰ ਅਰੈਸਟ ਨਹੀਂ ਪੈਂਦੀ ਕੁਝ ਨਹੀਂ ਪੈਂਦਾ ਕਿਉਂ ਨਹੀਂ ਪੈਂਦੀ ਜੀ ਇਨਸਾਫ ਇਹੀ ਚਾਹੁੰਦਾ ਜੀ ਕਾਰਵਾਈ ਹੋਵੇ ਇਹਨਾਂ ਦੀ ਗੁੰਡਾਗਰਦੀ ਸਾਰੇ ਮੁਹੱਲੇ 'ਚੋਂ ਜਾ ਕੇ ਪਤਾ ਕੀਤੀ ਜਾਵੇ ਕੋਈ ਡਰਦਾ ਇਹਨਾਂ ਦੇ ਖਿਲਾਫ ਇੱਕ ਬਿਆਨ ਨਹੀਂ ਬੋਲੂਗਾ ਇਹ ਇਹੀ ਚਾਹੁੰਦੇ ਆ ਵੀ ਜਿਹੜਾ ਵੀ ਆਉਂਦਾ ਵਾ ਗਲੀ ਦੇ ਵਿੱਚੋਂ ਜਿਹੜਾ ਆਉਂਦਾ ਜੀ ਤਾਂ ਗੇੜਦੇ ਆ ਗੱਡੀ ਲੱਗੀ ਆ ਪਿੱਛੇ ਲੈ ਜਾਓ ਜੀ ਠੀਕ ਆ ਜੀ ਇਹ ਨਹੀਂ ਬਸ ਹੋਣੀ ਜੇ ਆਪਾਂ ਇੰਨੀ ਟਾਈਮ ਤੋਂ ਆਪਣਾ ਸਰਟੀਫਿਕੇਟ ਲੱਗੀ ਆ ਉਹ ਤੋਂ ਮਤਲਬ ਕੱਪੜਾ ਰੱਖ ਕੇ ਲੈ ਕੇ ਆਊਗਾ ਠੀਕ ਹੈ ਉਹ ਕੱਪੜਾ ਨਾਲ ਜੰਮਿਆ ਆਊਗਾ ਕੋਈ ਨਾ ਕੋਈ ਚੀਜ਼ ਤਾਂ ਉਹਦੇ ਵਿੱਚ ਹੋਊਗੀ ਨਾ ਉਹ ਚੀਜ਼ ਦਾ ਤਾਂ ਹੈ ਹੀ ਨਹੀਂ ਹੈ ਕਿ ਖੂਨ ਹੱਥ ਲਾ ਕੇ ਉਹਦੇ ਮੂੰਹ 'ਤੇ ਲਾਇਆ ਹੋਇਆ ਬਗੈਰ ਉਹ ਚੀਜ਼ ਦੀ ਆਪਣੇ ਕੋਲ ਵੀਡੀਓ ਵੀ ਹੈਗੀ ਹੈ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਸ਼ਿਮਲਾਪੁਰੀ ਥਾਣੇ ਦੀ ਹੱਦ ਦੀ ਗੱਲ ਕਰਾਂਗੇ ਸ਼ਿਮਲਾਪੁਰੀ ਦੇ ਵਿੱਚ ਇੱਕ ਪਰਿਵਾਰ ਦੇ ਉੱਤੇ ਕਾਤਲਾਨਾ ਹਮਲਾ ਹੁੰਦਾ ਉਹ ਪਰਿਵਾਰ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਉਪਚਾਰੇ ਜਿਹੜੇ ਇਲਾਜ ਹੈਗਾ ਲੇਕਿਨ ਉਹ ਪਰਿਵਾਰ ਜਿਹੜਾ ਸਾਡੇ ਨਾਲ ਗੱਲਬਾਤ ਕਰਦਾ ਮੀਡੀਆ ਨੂੰ ਉੱਥੇ ਪ੍ਰੈਸ ਇਨਵੀਟੇਸ਼ਨ ਦਿੱਤਾ ਗਿਆ ਸੀਗਾ ਅਤੇ ਉੱਥੇ ਅਸੀਂ ਪਹੁੰਚੇ ਵੀ ਗੱਲਬਾਤ ਵੀ ਕਰਦੇ ਹਾਂ ਜੋ ਜਿਨ੍ਹਾਂ ਨਾਲ ਇਹ ਸਾਰਾ ਮਾਮਲਾ ਹੋਇਆ ਬਾਈ ਜੀ ਨਾਮ ਕੀ ਹੈ ਹਰਪ੍ਰੀਤ ਸਿੰਘ ਜੀ ਸੋਰੀ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਜੀ ਕੀ ਹੋਇਆ ਕੀ ਮਾਮਲਾ ਹੈ ਕੀ ਪੂਰਾ ਸਰ ਮਾਮਲਾ ਹੈ ਜੀ 5 ਤਰੀਕ ਨੂੰ ਸਰ ਇਹਨਾਂ ਦੇ ਘਰ ਬੈਠਾ ਸੀਗਾ ਮੈਂ ਹਾਂਜੀ ਇਹਨਾਂ ਦੇ ਘਰ ਜੋੜਾ ਜੋੜਾ ਇੱਕ ਮੁਲਾਜ਼ਮ ਆਉਂਦਾ ਵਾ ਅਤੇ ਉਹ ਮੈਨੂੰ ਇਹਨਾਂ ਦੇ ਘਰੋਂ ਧੱਕੇ ਨਾਲ ਲੈ ਜਾਂਦਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਵੀ ਦੱਸੋ ਮੈਨੂੰ ਕੀ ਗੱਲਬਾਤ ਆ ਅਤੇ ਕਹਿੰਦੇ ਤੂੰ ਆਇਆ ਸਾਡੇ ਘਰ ਭੱਜ ਗਏ ਅਤੇ ਤੇਰੇ ਮਗਰ ਤਾਂ ਆਇਆ ਸੀਗਾ ਜਦਕਿ ਉਹ ਜੋੜਾ ਇਹਨਾਂ ਦੇ ਘਰ ਆ ਕੇ ਬੈਠਦਾ ਉੱਠਦਾ ਵਾ ਸਾਰੀ ਸ਼ੈ ਉਹਦੀ ਹੈਗੀ ਆ ਠੀਕ ਹੈ ਜੀ ਪਹਿਲਾਂ ਉਹ ਲਿਆ ਕੇ ਮੈਨੂੰ ਨਾਰਕੋਟਿਕ ਦੇ ਵਿੱਚ ਬੰਦ ਕਰਦੇ ਆ ਕੁੱਟ ਮਾਰ ਕਰਦੇ ਆ ਮੇਰੀ ਫਿਰ ਜਦੋਂ ਮੈਨੂੰ ਕਹਿੰਦੇ ਤੂੰ ਸਮਾਨ ਵੇਚਦਾ ਜੇ ਵੇਚਦਾ ਉਹ ਮੈਂ ਕਿਹਾ ਵੀ ਸਰ ਮੇਰੇ ਕੋਲ ਹੈਗਾ ਕੁਛ ਤਾਂ ਤੁਸੀਂ ਮੇਰੇ ਪਰਚਾ ਦੇ ਦਿਉ ਚਾਹੇ ਗੋਲੀ ਮਾਰ ਦਿਉ ਅਤੇ ਮੇਰੇ ਜੇਬ 'ਚੋਂ ਕੁਛ ਨਹੀਂ ਸੀਗਾ ਤਾਂ ਵੀ ਮੈਨੂੰ ਧੱਕੇ ਨਾਲ ਲੈ ਆਇਆ ਗਿਆ ਉੱਥੇ ਲੈ ਆ ਕੇ ਮੇਰੀ ਕੁੱਟ ਮਾਰ ਕੀਤੀ ਗਈ ਫਿਰ ਮੈਨੂੰ ਉੱਦਾਂ ਹੀ ਛੱਡ ਦਿੱਤਾ ਜਾਂਦਾ ਵਾ ਫਿਰ ਦੂਸਰੇ ਦਿਨ ਅਸੀਂ ਲੰਘ ਰਹੇ ਹੁੰਦੇ ਹਾਂ ਇਹਨਾਂ ਦੀ ਗਲੀ ਦੇ ਵਿੱਚ ਸਰ 15 ਗੱਡੀਆਂ ਵਾ 15 ਗੱਡੀਆਂ ਲੰਘਣ ਨੂੰ ਜਗ੍ਹਾ ਦਿੰਦੀਆਂ ਪਈਆਂ ਵਾ ਇਹਨਾਂ ਦੀ ਗਲੀ ਦੇ ਵਿੱਚ ਜੂਆ ਚੱਲਦਾ ਹੁੰਦਾ ਸ਼ਰੇਆਮ ਜੀ ਜੂਏ ਦੇ ਪਰਚੇ ਆ ਉੱਥੇ 200 ਰੁਪਇਆ ਬੰਦੇ ਤੋਂ ਜੂਏ ਦਾ ਲੈਂਦੇ ਆ ਇਹ ਦਾਰੂ ਦੇ ਜੱਗ ਪਏ ਹੁੰਦੇ ਆ 20 ਰੁਪਏ ਦੀ ਦਾਰੂ ਲੈ ਲਓ 10 ਦੀ ਲੈ ਲਓ 30 ਦੀ ਲੈ ਲਓ 40 ਦੀ ਲੈ ਲਓ 500 ਦੀ ਪੁੜੀ ਦੀ ਸਮਾਨ ਦੀ ਲੈ ਲਓ ਇਹਦਾ ਮੁੰਡਾ ਗੋਰਾ ਸ਼ਰੇਆਮ ਚਿੱਟਾ ਵੇਚਦਾ ਇਹਨਾਂ ਦਾ ਮੋਟਾ ਗੱਲ ਛੱਡ ਦਿਉ ਚਿਪਸ ਮਾਰਕੀਟ ਜਾ ਕੇ ਚਿੱਟਾ ਵੇਚਦਾ ਇਹਦਾ ਪਿਓ ਜਿਹੜਾ ਸ਼ਰੇਆਮ ਇੱਥੇ ਵੇਚਦਾ ਜੀ ਠੀਕ ਆ ਜੀ ਸਾਡੀ ਗੱਡੀ ਉੱਥੋਂ ਲੰਘਣ ਨਹੀਂ ਦਿੱਤੀ ਗਈ ਚਾਬੀ ਸਾਨੂੰ ਦਿਖਾਈ ਦਿੱਤੀ ਗਈ ਅਸੀਂ 112 ਨੰਬਰ 'ਤੇ ਕਾਲ ਕੀਤੀ ਪੁਲਿਸ ਮੁਲਾਜ਼ਮ ਆਏ ਜੀ ਪੁਲਿਸ ਮੁਲਾਜ਼ਮਾਂ ਨਾਲ ਇਹਨਾਂ ਦੀ ਕੀ ਸੈਟਿੰਗ ਆ ਕੀ ਨਹੀਂ ਉਹ ਤੁਹਾਨੂੰ ਸਾਰੀਆਂ ਫੋਟੋਆਂ ਪ੍ਰੂਫ ਕਰ ਹੀ ਦਿੰਦੇ ਹਾਂ ਜੀ ਠੀਕ ਆ ਜੀ ਪੁਲਿਸ ਮੁਲਾਜ਼ਮ ਇਹਨਾਂ ਦੀ ਗੱਲ ਸੁਣ ਕੇ ਚਲੇ ਗਏ ਕਹਿੰਦੇ ਜੀ ਤੁਹਾਡੀ ਗੱਡੀ ਟੋ ਕਰਕੇ ਲੈ ਜਾਵਾਂਗੇ ਮੈਂ ਕਿਹਾ ਜੀ ਸਾਡੀ ਗੱਡੀ ਟੋ ਕਰਕੇ ਅਸੀਂ ਫੰਕਸ਼ਨ 'ਤੇ ਜਾਣਾ ਸੀ ਬੱਚੇ ਮੇਰੇ ਵਿੱਚ ਬੈਠੇ ਸੀਗੇ ਮੈਂ ਕਿਹਾ ਵੀ ਸਾਡੀ ਗੱਡੀ ਟੋ ਕਰਕੇ ਨਹੀਂ ਸਾਨੂੰ ਬੁਲਾਇਓ ਅਸੀਂ ਚਾਬੀ ਲੈ ਕੇ ਆ ਜਾਵਾਂਗੇ ਜੇ ਇਹ ਜਿਹੜੀ ਰਸਤੇ ਵਿੱਚ ਪਹਿਲਾਂ ਮੈਨੂੰ ਇਹ ਦੱਸੋ ਵੀ ਕੋਈ ਵੀ ਗਲੀ ਦਾ ਰਸਤਾ ਰੋਕ ਸਕਦਾ ਬੰਦਾ ਇਹਨਾਂ ਨੇ ਰਸਤਾ ਰੋਕਿਆ ਹੋਇਆ ਠੀਕ ਹੈ ਜੀ ਉੱਤੋਂ ਗੱਡੀ ਪਾਸੇ ਨਹੀਂ ਕੀਤੀ ਤੁਹਾਡੀ ਜੋ ਇਸ ਸਮੇਂ ਹਾਲਾਤ ਨੇ ਹਾਲਾਤ ਕੀ ਮਾਰਿਆ ਗਿਆ ਕਿਉਂ ਮਾਰਿਆ ਗਿਆ ਸਰ ਆਪਣਾ ਕੋਈ ਵੀਡੀਓ ਆ ਕਿਸੇ ਕੋਲ ਟੋਕਾ ਸੀਗਾ ਜੀ ਕਿਸੇ ਕੋਲ ਕਿਰਪਾਨ ਸੀ ਸਾਰਿਆਂ ਕੋਲ ਹਥਿਆਰ ਤੇਜ਼ ਤੇ ਹਥਿਆਰ ਸੀਗੇ ਜੀ ਕਿਸੇ ਕੋਈ ਵੀ ਖਾਲੀ ਨਹੀਂ ਹੈਗਾ ਸੀਗਾ ਪਹਿਲਾਂ ਮੇਰੇ 'ਚ ਗੱਡੀ ਮਾਰੀ ਗਈ ਟੋਸ ਜੀ ਮੈਨੂੰ ਸਿੱਟਿਆ ਗਿਆ ਮੁੜ ਕੇ ਮੇਰੇ ਇੱਟ ਮਾਰੀ ਗਈ ਵਿੱਚ ਇਹਨਾਂ ਦੀਆਂ ਜਨਾਨੀਆਂ ਵਿੱਚ ਇਹ ਹੁਣ ਸਾਡੇ 'ਤੇ 307 ਲਾ ਦਿੱਤੀ ਗਈ ਹੈ ਸਾਡੇ ਬੰਦੇ ਚੱਕ ਲਏ ਗਏ ਆ ਜੀ ਕਿਸੇ ਜਿੰਨੀਆਂ ਸੱਟਾਂ ਸਾਡੇ ਲੱਗੀਆਂ ਕਿਸੇ 'ਤੇ ਨਹੀਂ ਲੱਗੀਆਂ ਹੈਗੀਆਂ ਠੀਕ ਹੈ ਪਹਿਲਾਂ ਤੁਸੀਂ ਇਹ ਦੱਸੋ ਦੋ ਬੰਦੇ 40 ਬੰਦਿਆਂ ਦੀ ਸੱਟਾਂ ਮਾਰ ਦੇਣਗੇ ਫਿਰ ਇੱਕ ਵੀਡੀਓ ਦਿਖਾ ਰਹੇ ਆ ਪੁੜੀਆਂ ਦੀ ਗੱਲ ਕਰ ਰਹੇ ਆ ਫਲਾਨੀ ਕਰ ਰਹੇ ਆ ਜੀ ਧਕਾਨੀ ਕਰ ਰਹੇ ਆ ਉਹ ਪੂਰੀ ਵੀਡੀਓ ਦਿਖਾਓ ਜੀ ਉਹ 'ਚ ਇਕੱਲੀ ਮੈਂ ਪੁੜੀਆਂ ਦੀ ਗੱਲ ਕੀਤੀ ਹੋਊਗੀ ਜੇ ਸਮਾਨ ਵੇਚਣ ਦੀ ਜਾਂ ਖਰੀਦਣ ਦੀ ਕਹਿ ਰਹੇ ਆ ਗੱਲ ਕਰ ਰਹੇ ਆ ਤੇ ਕਿਹਨੂੰ ਕਰ ਰਹੇ ਆ ਇਹਦਾ ਚਾਚਾ ਵੇਚਦਾ ਜੀ ਸਗਾ ਤੁਸੀਂ ਇਹ ਦਰਖਾਸਤ ਜਿਹੜੀ ਸੀਪੀ ਸਾਹਿਬ ਨੂੰ ਦਿੱਤੀ ਹੈ ਦਰਖਾਸਤ ਜਿਹੜੀ ਇਹਨਾਂ ਦੇ ਹੱਥ 'ਚ ਇੱਕ ਪੇਪਰ ਸੀਗਾ ਜਿਹੜਾ ਤੁਸੀਂ ਸਾਨੂੰ ਦਿਖਾ ਰਹੇ ਸੀਗੇ ਉਹ ਦਰਖਾਸਤ ਦੇ ਵਿੱਚ ਹੈ ਕਿ ਸਭ ਤੋਂ ਵੱਡੀ ਗੱਲ ਸੁਣੋ ਜੀ ਇਹ ਕਰਦੇ ਘੱਟ 8-10 ਮੈਂਬਰ ਆ ਇਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਕੰਮ ਨਹੀਂ ਕਰਦਾ ਖਰਚਾ ਕਿੱਥੋਂ ਚੱਲਦਾ ਦੋ ਗੱਡੀਆਂ ਦਾ ਤੇਲ ਕਿੱਥੋਂ ਪੈਂਦਾ ਜੀ 8 ਮੈਂਬਰ ਘਰ ਦੇ ਘਰੇ ਬੈਠੇ ਹੋਣ ਦੋ ਗੱਡੀਆਂ ਘੁੰਮਦੇ ਹੋਣ ਕਿਹੜਾ ਇਹਨਾਂ ਦੇ ਬਾਹਰ ਇੰਗਲੈਂਡ 'ਚ ਰਹਿੰਦਾ ਕੋਈ ਜਾਂ ਕਿਤੋਂ ਬਾਹਰੋਂ ਪੇਮੈਂਟ ਆ ਰਹੀ ਆ ਕਿੱਥੋਂ ਪੈਸੇ ਆ ਰਹੇ ਆ ਇਹ ਸਮਝ ਲਓ ਕਿ ਸਾਨੂੰ ਅਸੀਂ ਇੱਕ ਜਣਾ ਜੀ ਘਰ 'ਤੇ 3 ਪਰਿਵਾਰ ਦੇ ਮੈਂਬਰ ਆ ਜੀ ਸਾਨੂੰ 3 ਜਣੇ ਦਾ ਖਰਚਾ ਚਲਾਉਣਾ ਔਖਾ ਇਹ 15 ਜਣੇ ਦਾ ਖਰਚਾ ਕਿੱਥੋਂ ਚਲਾਉਂਦੇ
परचा दर्ज होया कि देर का उस थाने सानू खजाने शिमलापुरी का परचा साढ़े एक तरीक मिस हो जाती है किसी के मगर चल जाने साढ़े परचा पै जाता वा आह परचा देख लो जी कि देर का दर्ज आ शरेआम घूमते हैं कोई उन्होंने रैसट नहीं पैंती कुछ नहीं पैंता क्यों नहीं पैंती जी भाई जी की सपोर्ट की करे इन्हें मैम फैमिली रिलेशन है इन्होंने मौजूदा एस एच ओ जी साढ़े तो 307 भी लाए फंक्शन में वर्दी पा के जा सकते हैं छगन पा रहा है इन्हें इन्हें शरा लड़ाई हुई है इन्हें छगन पा रहा ऑन ड्यूटी पे जा सकता है कि इंसाफ ही चाहते कारवाई हो गुंडागर्दी सारे महल्ले चो जाके पता की जाए कोई डरदा इन्होंने खिलाफ एक बयान नहीं बोलूगा यही चाहते है जेड़ा भी आंदा वा गली दे विचों जेड़ा आंदा जी तां छेड़दे गड्डी लगी है पिछे लै जाओ जी ठीक है जी ये नहीं बस होनी डॉक्टर साहब ने लिख ही दिता भी आन फिट नहीं है फिर मेरे बयान लैन का की मतलब सीगा बयान लैके मेरे तो सैन करा के लै गए तो हूँ कहते दो जने दे परचा देता तीन जने दे देता मैं जद कि 15-20 दे नाल लिखा चुका मैं 10-15 की वीडियो मेरे को हैगी अजे हाँ तुम देख लो भी इन्ने बंदे जो इतने मैडिकल आने पड़ा कितने तो मेरा मेरे नाल ही लड़ाई हुई ना जी मेरा खून तो सुकया पाया वह खून अजे जिंदा पाया जी ये लड़ाई हो सकती है इदा सट्टा किने मारियां फिर दसो 10:30 पूरे आउंदे आ उहदी वीडियो भी हैगी जां सट मार के गड्डी चो जदे निकलदे खून दी धार थले डोलदी पई है ठीक है जी जे आपां इन्नी टाइम तो अपना सट वेट लगी आ उत्थों मतलब कोई कपड़ा रख के लैके आऊगा ठीक है वह कपड़ा नाल जमया होगा कोई ना कोई चीज़ तो उहदे विच होगी ना वह चीज़ तो है ही नहीं है कि खून हाथ ला के उहदे मूँह दे उत्ते लाया होया बगैर उस चीज़ की अपनी कोई वीडियो भी हैगी है जी इहदे च दित्ते ने बयान नहीं दित्ते अपने जी थाने च इस मामले च आ दित्ते जी लिखाए सारे बंदे लिखाए की की नाम सीगे नाम चांद सीगा जी साजन सी गोरा सीगा परमजीत सीगा राणा सीगा इहदा चाचा इहदी घरवाली सी चांद दी मां सीगी जी एप्पल दी मां सीगी एप्पल साजन दी घरवाली सीगी होर बॉबी सीगा मुंडा बॉबी दा भरा सीगा जी एक ग्यानी ग्यानी बरोटा रोड दा सीगा जी बाकी मेरे को वीडियो हैगे मैं कह रहा सी मैं देख के पक्की तरह नाम पता करके फिर दसूंगा जी ते ओह कहिंदे कोई नहीं बाद च वादा कर दांगे बाद च किहने करना जी तुहानूं पता ही सारा कुछ तुहानूं दस ही दित्ता सी एस एच ओ शिमलापुरी अच्छा इन्होंने हमला किया हाँ जी हाँ जी इन्होंने हमला किया जो अगर बैठा जी मैं तस्वीर कहूँगा कैमरामैन जूम करके दिखाएंगे फिर देखो कहते साड़ी जाति गाला कड़ियाँ पहला इन्होंने 1.5-2 लाख के किसी तो मोबाइल लिते जी वह बंदा इन्होंने घर पैसे लैन आया जी इन्होंने वो फैर मारिया फिर वो आर टी एक्ट का परचा यही होंगे ना गाली गलोज का जो जाति गाला कड़ियाँ आर टी एक्ट का परचा दवाया गया फिर 1.5-2 लाख रुपया लैके उदो राजीनामा किया गया जी जे 2 लाख रुपये देता उन्हें फिर जाति गाला खत्म हो गई जी फिर इन्होंने इदा ही हूँ पाल जरा वह भी कराया गया जिहड़ा पाल पाल ना पिछे जो लड़ाई हुई 7-8 महीने के वह भी आर टी एक्ट करा दी गई जी हरेक इन्हों गाला कड़ता जी गाली क्लोज कर उतो मैनू कहें सुनियारा लिखा माड़ा हों जी इंसाफ की चाह रहे हो इंसाफ यही चाहते जी इन्हों के परचे दर्ज हो जाने जे 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 साडे असीं झूठे आ साडे ते हो जाने जे ये झूठे आ तो इन्हों हो जाने जी ये वो परिवार है जो सिविल हस्पताल के जेरे इलाज है जिन्हें शिमलापुरी के लड़ाई झगड़ा होंगे लड़ाई झगड़े की वीडियो भी जी है वो नाल चलावे तू दिखावे लेकिन एक परिवार के उत्ते इन्होंने आरोप लगाए ने उस परिवार थाना एस एच ओ ना भी गलबात करते शिमलापुरी के आरोप की है तुम खुद सुनया हुआ लेकिन असं एस एच ओ ना ज़्यादा जानकारी लवेंगे कि तुम इन्होंने बयान लिते थे तो बयान के आधार उत्ते की मुकदमा दर्ज किया वै एक गल होर सुनो सर एस एच ओ साहब बंदा फड़दे आ काला परमजीत जी 25-30 बंदे मेरे घर चल जाते हैं बंदे नूं लैके जी वो की करन जाते हैं सानू डरान जाते जी इतने बैठे सानू डराते भी चल जाओ इतों भज जाओ तैनू इतों अरैसट कर लेना इतों अरैसट कर लेना बंदा चाहे गोली मार देन हुण हाँ जी नहीं तो मैं इतने अग ही ला लैनी बहुत दुखी हैं जी बहुत दुखी हैं मेरे भरा चक लिया जी परसों यही चक्कर 307 छोटे छोटे बच्चे इतने जे जे बंद 365 लवाई हुई है ना वो मेरा पता लैन आया जी उन्होंने इतों जा के लै गए पुलिस उदा जाइए तो रात को कहूगी जी गेट नहीं खोलते मुलाजम नहीं है फलाने नहीं है एक फोन मार दे रात को 1 बजे गड्डी लैके पुलिस साढ़े घर आ जाती है साढ़े घर पुलिस आ जाती है जी 1 बजे इन्होंने फोन से ही परचा हो जाता जी असं कल गए हैं शिमलापुरी थाने रोटी देने जी असं कल शिमलापुरी थाने रोटी देने गए हैं जी साड़ी रोटी नहीं उन्होंने लई कहते रोटी इन्हू खवाती खवाती आ
क्यों जो कि मेरे भरा के दोनों पैर टुटे हुए वो इंग्लिश सीट से टॉयलेट करते हैं तो वह बैठ उन्होंने को बैठा नहीं जाता वो कहें कि वह नहीं बिठाना वह ही बह साढ़े ना बहुत धक्का हो रहा जी नजायज़ हो रही है बहुत ज़्यादा जी कोई नहीं सुनता जी ये मेरे ते भी कुछ भी करवा सकते जी मेरे ते भी झूठा परचा करवा सकते 307 का जी ये सारे बयान दे रहा जी आ रही आ रही ये को बादल फोटो सर कहते एम एल ए साडा वा सर एम एल ए साडा वा थाने साडे आ ਤੁਸੀਂ ਕੁਛ ਨਹੀਂ ਕਰ ਸਕਦੇ ਸਾਡਾ ਜੀ ਬਿਲਕੁਲ ਪਰਿਵਾਰ ਆ ਰਿਹਾ ਇਹਨਾਂ ਦਾ ਜਿਹੜਾ ਮੇਨ ਮੁੰਡਾ ਇਹ ਛੀਨਾ ਦੇ ਨਾਲ ਹੁੰਦਾ ਜੀ ਆ ਦੇਖੋ ਛੀਨਾ ਮੈਮ ਕਹਿ ਰਹੀ ਸੀ ਮੇਰੀ ਜਿੱਤਣ ਤੋਂ ਬਾਅਦ ਕੋਈ ਫੋਟੋ ਦਿਖਾਓ ਆ ਰਹੀ ਛੀਨਾ ਮੈਡਮ ਦੀ ਜਿੱਤਣ ਤੋਂ ਬਾਅਦ ਫੋਟੋ ਛੀਨਾ ਮੈਡਮ ਨੇ ਪਹਿਲਾਂ ਸਪੋਰਟਰ ਸਾਹਿਬ ਨੇ ਗੱਲ ਕੀਤੀ ਸੀ ਉਹ ਕਹਿੰਦੀ ਮੇਰੇ ਨਾਲ ਪਹਿਲਾ ਸਪੋਰਟਰ ਸੀਗਾ ਮੇਰਾ ਚਾਂਦ ਮੇਰੀ ਕੋਈ ਬਾਅਦ ਦੀ ਫੋਟੋ ਦਿਖਾਓ ਆ ਰਹੀ ਬਾਅਦ ਦੀ ਫੋਟੋ ਜੀ ਛੀਨਾ ਮੈਡਮ ਹੁਣ ਕੀ ਕਹਿਣਾ ਚਾਹੁੰਦੇ ਆ ਦੱਸੋ ਇਹ ਬਲੈਕ ਹੀ ਨਾਲ ਰਲੇ ਹੋਏ ਆ ਮੌਜੂਦਾ ਸਰਕਾਰਾਂ ਵੀ ਬੈਂਡ ਸਾਹਿਬ ਦੇਖ ਲਓ ਤੁਹਾਡੇ ਸਾਹਮਣੇ ਆ ਬਿਲਕੁਲ ਤੁਹਾਨੂੰ ਤਸਵੀਰਾਂ ਵੀ ਦਿਖਾਊਂਗਾ ਜਿਹਦੇ ਵਿੱਚ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਹਮਲਾ ਕੀਤਾ ਉਹ ਮੌਜੂਦਾ ਵਿਧਾਇਕ ਦੇ ਨਾਲ ਚੱਲ ਰਹੇ ਨੇ ਲੇਕਿਨ ਉਹ ਇਹਨਾਂ ਨੇ ਆਰੋਪ ਲਗਾਇਆ ਕਿ ਸਾਨੂੰ ਇਨਸਾਫ ਚਾਹੀਦਾ ਪੁਲਿਸ ਕਮਿਸ਼ਨ ਲੁਧਿਆਣਾ ਦੇ ਦਫ਼ਤਰ ਜਿਹੜੀ ਇੱਕ ਕੰਪਲੇਂਟ ਵੀ ਦੇ ਕੇ ਆਏ ਨੇ ਕੰਪਲੇਂਟ ਦੇਣ ਤੋਂ ਬਾਅਦ ਜਿਹੜਾ ਇਨਸਾਫ ਦੀ ਗੁਹਾਰ ਕਰ ਰਿਹਾ ਗੁਹਾਰ ਕੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਥਾਣਾ ਸ਼ਿਮਲਾਪੁਰੀ ਦੇ ਐਸਐਚਓ ਨਾਲ ਗੱਲਬਾਤ ਕਰਦੇ ਹਾਂ ਕਿ ਆਖਿਰ ਮਾਮਲਾ ਕੀ ਹੈ ਅਤੇ ਪਰਿਵਾਰ ਪੀੜਿਤ ਪਰਿਵਾਰ ਆਪਣੇ ਆਪ ਨੂੰ ਕਿਉਂ ਇੱਦਾਂ ਦਾ ਮਹਿਸੂਸ ਕਰ ਰਿਹਾ ਕਿ ਉਹ ਜੀਣਾ ਨਹੀਂ ਚਾਹੁੰਦਾ ਆਖਿਰ ਜੀਉਣ ਦੀ ਨਾ ਜੀਉਣ ਦੀ ਵਜ੍ਹਾ ਵੀ ਤੁਸੀਂ ਸੁਣੀ ਹੈ ਲੇਕਿਨ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸਾਨੂੰ ਖੁਦ ਨੂੰ ਅੱਗੇ ਆਉਣਾ ਪੈਣਾ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੋਈ ਨਾ ਕੋਈ ਫੈਸਲੇ ਜ਼ਰੂਰ ਕਰਨੇ ਪੈਣਗੇ ਐਸਐਚਓ ਸ਼ਿਮਲਾਪੁਰੀ ਪ੍ਰਮੋਦ ਜੀ ਗੱਲ ਕਰ ਰਹੇ ਹੋ ਹਾਂਜੀ ਬੋਲ ਰਿਹਾ ਜੀ ਵਿਸ਼ਾਲ ਕਪੂਰ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਹਾਂਜੀ ਵਿਸ਼ਾਲ ਜੀ ਬਾਈ ਜੀ ਇੱਕ ਲੜਾਈ ਝਗੜਾ ਹੋਇਆ ਹੋਣਾ ਨਾ ਸ਼ਿਮਲਾਪੁਰੀ ਦੇ ਇਲਾਕੇ ਦੇ ਵਿੱਚ ਜਿਹੜੇ ਇੱਕ ਪਰਿਵਾਰ ਸਿਵਲ ਹਸਪਤਾਲ ਐਡਮਿਟ ਵੀ ਹੈਗਾ ਵਾ ਤੁਸੀਂ ਬਿਆਨ ਵੀ ਲਿੱਤੇ ਹੋਣਗੇ ਉਹਨਾਂ ਦੇ ਪਰਸੋਂ ਸਿਵਲ ਹਸਪਤਾਲ ਦੇ ਵਿੱਚ ਆ ਕੇ ਉਹ ਮਾਮਲਾ ਹੈ ਕੀ ਸਰ ਕਿ ਕਾਫੀ ਪਰਿਵਾਰ ਕਹਿ ਰਿਹਾ ਕਿ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ ਲੜਾਈਆਂ ਦੋ ਤਿੰਨ ਹੋਈਆਂ ਸਾਡੇ ਵੀ ਕਿਹੜੀ ਤੁਸੀਂ ਕਿਹਦੀ ਗੱਲ ਕਰਦੇ ਜਿਹੜਾ ਇੱਕ ਪਰਿਵਾਰ ਆ ਜਿਹੜਾ ਚਿੱਟੇ ਦਾ ਰੋਪ ਲਾਉਂਦਾ ਗਲੀ ਦੇ ਵਿੱਚ ਗੱਡੀ ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ ਸੀ ਸਰ ਜਿਹੜਾ ਗੱਡੀ ਪਾਰਕਿੰਗ ਨਾਲ ਵਿਵਾਦ ਹੋਇਆ ਸੀ ਉਹ ਦਾਦਾ ਪੱਟ ਤੱਕ ਹੈਗਾ ਆਲਰੇਡੀ ਦਾਦੇ ਖਾਣੇ ਜੀ ਉਸ ਤੋਂ ਬਾਅਦ ਜਿਹੜੇ 15-20-25 ਬੰਦੇ ਲੈ ਕੇ ਉਹਨਾਂ ਦੇ ਘਰੇ ਪਏ ਸੀਗੇ ਤੇ ਉਹ ਸਾਡਾ ਪਿੰਡ ਏਰੀਆ ਉਹ ਸਾਡੇ ਪਿੰਡ ਵਿੱਚ ਹੋਇਆ ਹੋਇਆ ਜੀ ਜਿਹੜੇ ਸਮੇਂ ਸਿਵਲ ਹਸਪਤਾਲ ਦੇ ਜੇਰੇ ਇਲਾਜ ਹੈਗੇ ਸਿਵਲ ਹਸਪੀਟਲ ਦਾਖਲ ਹੈਗੇ ਆ ਇਹ ਇਹਦਾ ਬ੍ਰਦਰ ਤੇ ਕੁਛ ਬੰਦੇ ਹੋਰ ਜਿਹੜੇ ਹੈਗੇ ਉਹਨਾਂ ਦੇ ਕਿੱਲੇ ਕਿੱਲੇ ਤੇ ਕਿਸੇ ਦੋ ਪਰਚੇ ਕਿਸੇ ਤਿੰਨ ਕਿਸੇ ਚਾਰ ਕਿਸੇ ਪੰਜ ਪਰਚੇ ਆ ਜੀ ਜੀ ਵਧੀਆ ਕੋਈ ਇਹਨਾਂ ਦਾ ਹੈ ਨਹੀਂ ਗਾ ਕੈਰੀਅਰ ਜੀ ਦੋਨਾਂ ਪਾਸੇ ਹੋ ਇੱਕ ਪਾਸੇ ਸ਼ਾਹ ਦੇ ਪੱਟੇ ਦਰਜ ਨੇ ਇੱਕ ਪਾਸੇ ਪਾਰਟੀ ਦੂਜੇ ਦੇ ਚਿੱਟੇ ਦੇ ਪੱਟੇ ਦਰਜ ਨੇ ਦੇ ਪੱਟੇ ਦਰਜ ਨੇ ਜੀ ਪ੍ਰਮੋਦ ਜੀ ਇੱਥੇ ਲਾਅ ਐਂਡ ਆਰਡਰ ਕਿੱਦਾਂ ਮੇਨਟੇਨ ਕੀਤਾ ਜਾ ਸਕਦਾ ਉਹ ਆਰੋਪ ਲਗਾਉਂਦੇ ਕਿ ਸਾਡੇ ਨਾਲ ਪੁਲਿਸ ਧੱਕਾ ਕਰਦੀ ਪੁਲਿਸ ਸੁਣਵਾਈ ਨਹੀਂ ਕਰਦੀ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਹੈਗੇ ਨਾ ਪ੍ਰੈਸ ਕਾਨਫਰੰਸ ਕੀਤੀ ਸਰ ਉਹਨਾਂ ਨੇ ਨਹੀਂ ਅਸੀਂ ਕੋਈ ਗੱਲਬਾਤ ਸਾਡੇ ਕਿਹੜਾ ਕੁਛ ਨਹੀਂ ਧੱਕਾ ਅਸੀਂ ਕਾਹਦੇ ਕਰਨਾ ਕਿਸਾਨ ਦੋਨਾਂ ਪਾਰਟੀ ਦੇ ਖਿਲਾਫ਼ ਕੇਸ ਰਜਿਸਟਰ ਨੇ ਲੇਕਿਨ ਉਹਨਾਂ ਨੇ ਕੁਛ ਫੋਟੋਆਂ ਵੀ ਜੰਤਰ ਕੀਤੀਆਂ ਸੀ ਵਿਆਹ ਸ਼ਾਦੀ ਦੇ ਵਿੱਚ ਤੁਸੀਂ ਮੌਜੂਦ ਸੀਗੇ ਉਸ ਦੂਜੀ ਪਾਰਟੀ ਦੇ ਨਾਲ ਹਾਂਜੀ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਮੌਜੂਦ ਸੀਗੇ ਤੁਸੀਂ ਤੁਹਾਡੀ ਫੋਟੋ ਉਹਨਾਂ ਨੇ ਕੁਝ ਦਿਖਾਈਆਂ ਸੀ ਮੀਡੀਆ ਦੇ ਵਿੱਚ ਵਿਸ਼ਾਲ ਜੀ ਕੱਲ ਨੂੰ ਤੁਸੀਂ ਸਾਨੂੰ ਤੁਹਾਡੇ ਸਾਡੇ ਰਿਲੇਸ਼ਨ ਤੁਸੀਂ ਸਾਨੂੰ ਵਿਆਹ ਕਰੋ ਤੁਹਾਡੇ ਨਹੀਂ ਜਾਵਾਂਗੇ ਆਉਂਗੇ ਸਰ ਮੋਸਟ ਵੈਲਕਮ ਹੋਊਗਾ ਸਰ ਦੇਖੇ ਦੇਖੋ ਮੇਰੀ ਪ੍ਰਾਈਵੇਟ ਲਾਈਫ ਹੈ ਮੈਂ ਜਿੱਥੇ ਮਰਜ਼ੀ ਜਾਵਾਂ ਇਹਨਾਂ ਦਾ ਉਹਦਾ ਕੋਈ ਸੰਬੰਧ ਨਹੀਂ ਆਪਾਂ ਕਿਹੜਾ ਕਿਸੇ ਨੂੰ ਸਪੇਅਰ ਕੀਤਾ ਇਹਨਾਂ ਚੋਂ ਨਹੀਂ ਬਿਲਕੁਲ ਨਹੀਂ ਜਾਂ ਤਾਂ ਕੋਈ ਮੈਂ ਮੁੱਢੋਂ ਫੜ ਕੇ ਛੱਡਿਆ ਫਿਰ ਤਾਂ ਮੈਂ ਤੁਹਾਡਾ ਗੁਨਾਹਗਾਰ ਹੈਗਾ ਬਿਲਕੁਲ ਤੁਸੀਂ ਮੈਨੂੰ ਦੱਸਣਾ ਮੈਨੂੰ ਦੋ ਬੰਦੇ ਦੇਣ ਮੈਂ ਆਪਣੀ ਟੀਮ ਨਾਲ ਮੈਂ ਆਪ ਨਾਲ ਜਿਹੜਾ ਬੰਦਾ ਫੜ ਕੇ ਲਿਆਊਂਗਾ ਤੁਹਾਡਾ ਗੁਨਾਹਗਾਰ ਹਾਂ ਮੈਂ ਜੀ ਬਿਲਕੁਲ ਲੇਕਿਨ ਪ੍ਰਮੋਦ ਜੀ ਆਪਾਂ ਉਸ ਚੀਜ਼ ਨੂੰ ਕਿਸ ਤਰ੍ਹਾਂ ਕਰ ਸਕਦੇ ਹਾਂ ਲੋਨ ਆਰਡਰ ਨੂੰ ਮੇਨਟੇਨ ਕਿ ਉਹ ਪਰਿਵਾਰ ਜਿਹੜੇ ਆਪਸ 'ਚ ਲੜਨ ਹੀ ਨਾ ਕਿ ਅਸੀਂ ਦੇਖੋ ਅਸੀਂ ਦੋ ਤਿੰਨ ਸਾਡੇ ਜਿਹੜੀਆਂ ਹੈਗੀਆਂ ਨਾ ਸਾਡੇ ਸਬਡਿਵੀਜ਼ਨ ਦੇ ਦੋ ਤਿੰਨ ਲਗਾਤਾਰ ਵਰਤੋਂ ਕਿ ਸਾਡੀ ਫੋਰਸ ਸਾਰੀ ਕੰਮ ਲੱਗੀ ਹੋਈ ਹੈ ਜਿੰਨੇ ਸਾਨੂੰ ਬੰਦੇ ਜਿੰਨੀ ਵੀ ਇਨਫੋਰਮੇਸ਼ਨ ਮਿਲੀ ਜਾਂਦੀ ਉਹਨੂੰ ਫੜ ਕੇ ਅੰਦਰ ਦੇਈ ਜਾਂਦੇ ਹਾਂ ਅਸੀਂ ਬਿਲਕੁਲ ਸਰ ਜਿਹੜਾ ਜਿੰਨਾ ਕਸੂਰ ਹੋਊਗਾ ਉਸ ਹਿਸਾਬ ਨਾਲ ਉਹਨੂੰ ਸਜ਼ਾ ਮਿਲ ਜਾਏਗੀ ਉਹਦੀ ਕਿਉਂ ਬਾਕੀ ਸਜ਼ਾ ਦੇਣਾ ਕੋਰਟ ਦਾ ਕੰਮ ਆ ਸਾਡਾ ਫੜ ਕੇ ਚੱਕ ਕੇ ਦੇਣਾ ਉਹਨਾਂ ਨੂੰ ਅੰਦਰ ਭੇਜਣਾ ਜੀ ਬਿਲਕੁਲ ਅਸੀਂ ਵੀ ਬਹੁਤ ਵਿਸ਼ਵਾਸ ਕਰਦੇ ਹਾਂ ਆਪਣੀ ਲੁਧਿਆਣਾ ਪੁਲਿਸ 'ਤੇ ਕਿ ਲੁਧਿਆਣਾ ਪੁਲਿਸ ਲਾਅ ਐਂਡ ਆਰਡਰ ਮੇਨਟੇਨ ਕਰੇ ਹਮੇਸ਼ਾ ਕਾਮਯਾਬੀ ਹੈ ਸਰ ਜਿਹੜਾ ਹੁਣ ਕ੍ਰਿਮੀਨਲ ਬੰਦਾ ਪੰਜ ਪੰਜ ਛੇ ਛੇ ਪੱਟੇ ਦਰਜ ਨੇ ਕੋਰਟਾਂ ਦੇ ਭੁਗੜੇ ਹੋਏ ਨੇ ਹੁਣ ਇਹ ਜਿਹੜੇ ਬੰਦੇ ਇਸ ਚੀਜ਼ ਦੀ ਪਲੀ ਲੈਂਦੇ ਫਿਰਦੇ ਆ
ਮਤਲਬ ਪੁਲਿਸ ਦੀ ਛਵੀ ਖਰਾਬ ਕਰਦੇ ਕਿਸੇ ਨਾ ਕਿਸੇ। ਬਿਲਕੁਲ ਬਿਲਕੁਲ ਬਿਲਕੁਲ, ਮੈਂ ਗੁਨਾਹ ਜੇ ਕਿਸੇ ਦੇ ਵਿਆਹ ਦਰਗਾਹ ਜਾ ਕੇ ਗੁਨਾਹ ਖੜਾ ਕਰ ਲਿਆ, ਮੈਂ ਸ਼ਰਮ ਦੇ ਕੇ ਆਇਆ, ਮੈਨੂੰ ਤੁਸੀਂ ਕੱਲ ਨੂੰ ਬੁਲਾ ਲਓ, ਮੈਂ ਤੁਹਾਡੇ ਵਿਆਹ ਚ ਆਪਣੇ ਧੀਆਂ ਪੁੱਤਾਂ ਨੇ ਸਾਂਝੀ ਨੇ। ਨਹੀਂ ਬਿਲਕੁਲ ਸਰ, ਬਿਲਕੁਲ ਰਾਈਟ ਹੈ ਸਰ, ਥੋੜਾ ਵੀ ਇਹ ਤਾਂ ਪਰਸਨਲ ਲਾਈਫ ਹੈ ਮੇਰੀ, ਵਿਆਹ ਸ਼ਾਦੀ ਗਿਆ ਵੀ ਉੱਥੇ ਹੋਣੇ, ਜੇ ਕਹਿੰਦੇ ਵੀ ਉੱਥੇ ਹੋਣੇ ਆ। ਬਿਲਕੁਲ ਭਗਵੰਤ ਮਾਨ ਸਾਹਿਬ, ਤੁਹਾਡੀ ਪੁਲਿਸ ਹੈ, ਤੁਹਾਡੇ ਵਿਧਾਇਕ ਨੇ, ਲੇਕਿਨ ਤੁਸੀਂ ਵਿਧਾਇਕਾਂ ਦੇ ਨਹੀਂ, ਤੁਸੀਂ ਦਹਿਸ਼ਤਗਰਦੀ ਬੰਦ ਕਰਨ ਦੀ ਗੱਲ ਕੀਤੀ ਸੀਗੀ ਲੁਧਿਆਣਾ ਸ਼ਹਿਰ ਦੇ ਵਿੱਚ, ਦਹਿਸ਼ਤਗਰਦੀ ਦਾ ਹਾਲ ਦੇਖ ਸਕਦੇ ਹੋ, ਤੁਹਾਨੂੰ ਵੀਡੀਓ ਕਲਿੱਪ ਵੀ ਚੱਲਦੀਆਂ ਪਈਆਂ ਨੇ। ਮਾਨ ਸਾਹਿਬ, ਤੁਸੀਂ ਹੁਣ ਦੇਖੋ ਤੁਹਾਡੇ ਇਲਾਕੇ ਦਾ ਵਿਧਾਇਕ ਕਿੰਨੀ ਕੁ ਦਹਿਸ਼ਤਗਰਦੀ ਪਵਾ ਰਿਹਾ ਆਪਣੇ ਇਲਾਕੇ ਦੇ ਵਿੱਚ। ਪੀੜਿਤ ਪਰਿਵਾਰ ਆਰੋਪ ਲਗਾ ਰਿਹਾ ਕਿ ਉਸਦਾ ਉਹ ਵਿਧਾਇਕ ਜਿਹੜਾ ਹੈਗਾ ਵੈ ਕੋਈ ਕਾਰਵਾਈ ਨਹੀਂ ਕਰਵਾ ਰਿਹਾ। ਲੁਧਿਆਣਾ ਤੋਂ ਕੈਮਰਾਮੈਨ ਮਨੋਜ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।